ਜੀ ਉਹ ਮਤਲਬ ਕੋਈ ਬਾਈਕ ਸਵਾਰ ਸੀ, ਜਾਣ ਦਿਆ ਸੀ ਆਪਣੇ, ਅਤੇ ਉਹ ਮਗਰੋਂ ਗੱਡੀ ਆ ਰਹੀ ਸੀ ਬਰੇਜ਼ਾ, ਅਤੇ ਗੱਡੀ ਵਾਲਾ ਆਪਣੀ ਸਪੀਡ ਜਾਂਦਾ, ਇਸਨੇ ਬਿਨਾਂ ਦੇਖੇ ਮਤਲਬ ਮੋੜਨ ਦੀ ਕੋਸ਼ਿਸ਼ ਕੀਤੀ, ਅਤੇ ਉਹ ਗੱਡੀ ਲੱਗਣ ਕਰਕੇ ਇਹਨਾਂ ਦੇ ਇਸ ਹੈਡ 'ਤੇ ਕਾਫੀ ਇੰਜਰੀ ਹੋ ਗਈ ਸੀ। ਹਾਂਜੀ ਭਾਈ, ਆਪਣਾ ਨਾਮ ਕੋਂਸਟੇਬਲ ਹਰਮਨਪ੍ਰੀਤ ਸਿੰਘ ਆ। ਅਤੇ ਸਰ ਆਪਣੀ ਡਿਊਟੀ ਹੁੰਦੀ ਆ ਗੁਰਦਾਸਪੁਰ ਡਿਸਟ੍ਰਿਕਟ 'ਚ, ਨਵੀਪੁਰ ਬਾਈਪਾਸ ਤੋਂ ਕਲਾਨੌਰ ਰੋਡ ਆ ਭਾਈ, ਮੀਰ ਕੰਚਨਾ ਤੱਕ ਆਪਣੇ ਕੋਲ ਰੋਡ ਆਪਾਂ 33 ਕਿਲੋਮੀਟਰ ਕਵਰ ਕਰਦੇ ਹਾਂ ਐਸ ਐਸ ਐਫ ਦੀ ਗੱਡੀ ਨਾਲ। ਐਕਸੀਡੈਂਟ ਹੋਇਆ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ? ਆਪਾਂ ਭਾਈ ਗਸ਼ਤ ਦੌਰਾਨ ਸਾਨੂੰ ਰਾਹਗੀਰ ਤੋਂ ਪਤਾ ਲੱਗਾ, ਅਤੇ ਅਸੀਂ ਐਕਸੀਡੈਂਟਲ ਜਗ੍ਹਾ ਤੋਂ ਬਸ ਕੁਝ ਕੁ ਮੀਟਰ ਦੀ ਦੂਰੀ 'ਤੇ ਹਾਂ, 100 ਡੇਢ ਸੌ ਮੀਟਰ ਦੀ ਦੂਰੀ 'ਤੇ ਹਾਂ, ਅਤੇ 1 ਮਿੰਟ ਤੋਂ ਪਹਿਲਾਂ ਉਸ ਜਗ੍ਹਾ 'ਤੇ ਪਹੁੰਚ ਗਏ ਆਪਾਂ। ਕੀ ਹਾਲਾਤ ਸੀ ਮੌਕੇ ਤੇ ਭਾਈ? ਉਹ ਮਤਲਬ ਕੋਈ ਬਾਈਕ ਸਵਾਰ ਸੀ, ਜਾਣ ਦਿਆ ਸੀ ਆਪਣੇ, ਅਤੇ ਉਹ ਮਗਰੋਂ ਗੱਡੀ ਆ ਰਹੀ ਸੀ ਬਰੇਜ਼ਾ, ਅਤੇ ਗੱਡੀ ਵਾਲਾ ਆਪਣੀ ਸਪੀਡ ਜਾਂਦਾ, ਇਸਨੇ ਬਿਨਾਂ ਦੇਖੇ ਮਤਲਬ ਮੋੜਨ ਦੀ ਕੋਸ਼ਿਸ਼ ਕੀਤੀ, ਅਤੇ ਉਹ ਗੱਡੀ ਲੱਗਣ ਕਰਕੇ ਇਹਨਾਂ ਦੇ ਇਸ ਹੈਡ 'ਤੇ ਕਾਫੀ ਇੰਜਰੀ ਹੋ ਗਈ ਸੀ। ਆਪਾਂ ਭਾਈ ਉੱਥੇ ਮੌਕੇ 'ਤੇ ਜਾ ਕੇ ਮਤਲਬ ਪਹਿਲਾਂ ਤਾਂ ਭੀੜ ਨੂੰ ਥੋੜ੍ਹਾ ਜਿਹਾ ਕੰਟਰੋਲ ਕੀਤਾ, ਫਸਟ ਏਡ ਦਿੱਤੀ, ਦੇਖਿਆ ਕਿ ਇਹਨਾਂ ਦੀ ਕੰਡੀਸ਼ਨ ਥੋੜ੍ਹਾ ਜਿਹਾ ਜ਼ਿਆਦਾ ਹੈ, ਅਤੇ ਫਿਰ ਸਰ ਆਪਾਂ ਇਹਨਾਂ ਨੂੰ ਗੱਡੀ 'ਚ ਲਿਆ ਕੇ ਹੋਸਪਿਟਲ ਸਿਵਲ ਹੋਸਪਿਟਲ ਲਿਆਂਦਾ। ਸਰ ਫਾਇਦਾ ਕਾਫੀ ਜ਼ਿਆਦਾ ਹੋ ਰਿਹਾ ਹੈ, ਮਤਲਬ ਕਿ ਐਂਬੂਲੈਂਸ ਨੂੰ ਜਿੰਨੇ ਚਿਰ ਕਾਲ ਕਰਦੇ ਆ ਸਰ, ਉਸ ਤੋਂ ਪਹਿਲਾਂ ਅਸੀਂ ਉਸ ਜਗ੍ਹਾ 'ਤੇ ਪਹੁੰਚ ਜਾਂਦੇ ਹਾਂ ਕਿ ਨਜ਼ਦੀਕ ਹੋਈਦਾ, ਗਸ਼ਤ ਕਰਦੇ ਰਹੀਦਾ ਰੋਡ 'ਤੇ, ਅਤੇ ਆਪਾਂ ਸਰ ਪੇਸ਼ੈਂਟ ਨੂੰ ਚੁੱਕ ਕੇ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਹੋਸਪਿਟਲ ਲਿਆ ਜਾਂਦਾ ਹੈ। ਅਤੇ ਸਰ ਕਾਫੀ ਜਨਤਾ ਅਵੇਅਰ ਵੀ ਹੋਈ ਹੈ ਆਪਣੇ ਉੱਥੇ ਹੋਣ ਨਾਲ, ਕਿ ਥੋੜ੍ਹਾ ਜਿਹਾ ਗੱਡੀਆਂ ਦੀ ਸਪੀਡ ਵੀ ਲਿਮਿਟ 'ਚ ਰਹਿੰਦੀ ਹੈ, ਕਿ ਪਤਾ ਰੋਡ 'ਤੇ ਪੁਲਿਸ ਪੈਟਰੋਲਿੰਗ ਕਰਦੀ ਰਹਿੰਦੀ ਆ, ਅਤੇ ਪੇਸ਼ੈਂਟ ਦੀ ਸਰ ਹੁਣ ਕੰਡੀਸ਼ਨ ਠੀਕ ਬੋਲ ਰਿਹਾ, ਹੈਡ 'ਤੇ ਇੰਜਰੀ ਆ ਨੋਰਮਲ ਹੈ ਇਸ ਟਾਈਮ, ਅਤੇ ਮਤਲਬ ਡਾਕਟਰ ਕਹਿੰਦੇ ਕਿ ਹਾਂ ਸਮੇਂ ਸਿਰ ਆ ਗਿਆ। ਹਾਂ ਸਰ ਐਕਸੀਡੈਂਟ ਤੋਂ ਬਾਅਦ ਕੁੱਲ 7 ਤੋਂ 8 ਮਿੰਟ ਦੇ ਅੰਦਰ ਆਪਾਂ ਹੋਸਪਿਟਲ ਲਿਆਂਦਾ। ਇਹ ਐਕਸੀਡੈਂਟ ਭਖਾਰੀ ਵੱਲ ਹੋਇਆ ਸੀ, ਆ ਕਲਾਨੌਰ ਰੋਡ 'ਤੇ ਭਖਾਰੀ ਵੱਲ ਮੇਨ ਚੌਂਕ ਦੇ ਵਿੱਚ ਹੋਇਆ ਸੀ, ਅਤੇ ਮਤਲਬ ਮੋਟਰਸਾਈਕਲ ਵਾਲਾ ਚੌਂਕ ਸੀ ਸਰ, ਉਹ ਕਿ ਮੁੜ ਲੱਗਾ ਅਤੇ ਉਹ ਉਹਨਾਂ ਦੇਖਿਆ ਨਹੀਂ ਯਕਦਮ, ਅਤੇ ਮਗਰੋਂ ਗੱਡੀ ਆਉਂਦੀ ਪਈ ਸਪੀਡ 'ਚ, ਇਸ ਕਰਕੇ ਐਕਸੀਡੈਂਟ ਦਾ ਕਾਰਨ। ਭਾਈ ਉਹ ਮਤਲਬ ਕੋਈ ਬਾਈਕ ਸਵਾਰ ਸੀ, ਜਾਣ ਦਿਆ ਸੀ ਆਪਣੇ, ਅਤੇ ਉਹ ਮਗਰੋਂ ਗੱਡੀ ਆ ਰਹੀ ਸੀ ਬਰੇਜ਼ਾ, ਅਤੇ ਗੱਡੀ ਵਾਲਾ ਆਪਣੀ ਸਪੀਡ ਜਾਂਦਾ, ਇਸਨੇ ਬਿਨਾਂ ਦੇਖੇ ਮਤਲਬ ਮੋੜਨ ਦੀ ਕੋਸ਼ਿਸ਼ ਕੀਤੀ, ਅਤੇ ਉਹ ਗੱਡੀ ਲੱਗਣ ਕਰਕੇ ਇਹਨਾਂ ਦੇ ਇਸ ਹੈਡ 'ਤੇ ਕਾਫੀ ਇੰਜਰੀ ਹੋ ਗਈ ਸੀ। ਹਾਂਜੀ ਭਾਈ, ਆਪਣਾ ਨਾਮ ਕੋਂਸਟੇਬਲ ਹਰਮਨਪ੍ਰੀਤ ਸਿੰਘ ਆ। ਅਤੇ ਸਰ ਆਪਣੀ ਡਿਊਟੀ ਹੁੰਦੀ ਆ ਗੁਰਦਾਸਪੁਰ ਡਿਸਟ੍ਰਿਕਟ 'ਚ, ਨਵੀਪੁਰ ਬਾਈਪਾਸ ਤੋਂ ਕਲਾਨੌਰ ਰੋਡ ਆ ਭਾਈ, ਮੀਰ ਕੰਚਨਾ ਤੱਕ ਆਪਣੇ ਕੋਲ ਰੋਡ ਆਪਾਂ 33 ਕਿਲੋਮੀਟਰ ਕਵਰ ਕਰਦੇ ਹਾਂ ਐਸ ਐਸ ਐਫ ਦੀ ਗੱਡੀ ਨਾਲ। ਐਕਸੀਡੈਂਟ ਹੋਇਆ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ? ਆਪਾਂ ਭਾਈ ਗਸ਼ਤ ਦੌਰਾਨ ਸਾਨੂੰ ਰਾਹਗੀਰ ਤੋਂ ਪਤਾ ਲੱਗਾ, ਅਤੇ ਅਸੀਂ ਐਕਸੀਡੈਂਟਲ ਜਗ੍ਹਾ ਤੋਂ ਬਸ ਕੁਝ ਕੁ ਮੀਟਰ ਦੀ ਦੂਰੀ 'ਤੇ ਹਾਂ, 100 ਡੇਢ ਸੌ ਮੀਟਰ ਦੀ ਦੂਰੀ 'ਤੇ ਹਾਂ, ਅਤੇ 1 ਮਿੰਟ ਤੋਂ ਪਹਿਲਾਂ ਉਸ ਜਗ੍ਹਾ 'ਤੇ ਪਹੁੰਚ ਗਏ ਆਪਾਂ। ਕੀ ਹਾਲਾਤ ਸੀ ਮੌਕੇ ਤੇ ਭਾਈ? ਉਹ ਮਤਲਬ ਕੋਈ ਬਾਈਕ ਸਵਾਰ ਸੀ, ਜਾਣ ਦਿਆ ਸੀ ਆਪਣੇ, ਅਤੇ ਉਹ ਮਗਰੋਂ ਗੱਡੀ ਆ ਰਹੀ ਸੀ ਬਰੇਜ਼ਾ, ਅਤੇ ਗੱਡੀ ਵਾਲਾ ਆਪਣੀ ਸਪੀਡ ਜਾਂਦਾ, ਇਸਨੇ ਬਿਨਾਂ ਦੇਖੇ ਮਤਲਬ ਮੋੜਨ ਦੀ ਕੋਸ਼ਿਸ਼ ਕੀਤੀ, ਅਤੇ ਉਹ ਗੱਡੀ ਲੱਗਣ ਕਰਕੇ ਇਹਨਾਂ ਦੇ ਇਸ ਹੈਡ 'ਤੇ ਕਾਫੀ ਇੰਜਰੀ ਹੋ ਗਈ ਸੀ। ਆਪਾਂ ਭਾਈ ਉੱਥੇ ਮੌਕੇ 'ਤੇ ਜਾ ਕੇ ਮਤਲਬ ਪਹਿਲਾਂ ਤਾਂ ਭੀੜ ਨੂੰ ਥੋੜ੍ਹਾ ਜਿਹਾ ਕੰਟਰੋਲ ਕੀਤਾ, ਫਸਟ ਏਡ ਦਿੱਤੀ, ਦੇਖਿਆ ਕਿ ਇਹਨਾਂ ਦੀ ਕੰਡੀਸ਼ਨ ਥੋੜ੍ਹਾ ਜਿਹਾ ਜ਼ਿਆਦਾ ਹੈ, ਅਤੇ ਫਿਰ ਸਰ ਆਪਾਂ ਇਹਨਾਂ ਨੂੰ ਗੱਡੀ 'ਚ ਲਿਆ ਕੇ ਹੋਸਪਿਟਲ ਸਿਵਲ ਹੋਸਪਿਟਲ ਲਿਆਂਦਾ। ਸਰ ਫਾਇਦਾ ਕਾਫੀ ਜ਼ਿਆਦਾ ਹੋ ਰਿਹਾ ਹੈ, ਮਤਲਬ ਕਿ ਐਂਬੂਲੈਂਸ ਨੂੰ ਜਿੰਨੇ ਚਿਰ ਕਾਲ ਕਰਦੇ ਆ ਸਰ, ਉਸ ਤੋਂ ਪਹਿਲਾਂ ਅਸੀਂ ਉਸ ਜਗ੍ਹਾ 'ਤੇ ਪਹੁੰਚ ਜਾਂਦੇ ਹਾਂ ਕਿ ਨਜ਼ਦੀਕ ਹੋਈਦਾ, ਗਸ਼ਤ ਕਰਦੇ ਰਹੀਦਾ ਰੋਡ 'ਤੇ, ਅਤੇ ਆਪਾਂ ਸਰ ਪੇਸ਼ੈਂਟ ਨੂੰ ਚੁੱਕ ਕੇ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਹੋਸਪਿਟਲ ਲਿਆ ਜਾਂਦਾ ਹੈ। ਅਤੇ ਸਰ ਕਾਫੀ ਜਨਤਾ ਅਵੇਅਰ ਵੀ ਹੋਈ ਹੈ ਆਪਣੇ ਉੱਥੇ ਹੋਣ ਨਾਲ, ਕਿ ਥੋੜ੍ਹਾ ਜਿਹਾ ਗੱਡੀਆਂ ਦੀ ਸਪੀਡ ਵੀ ਲਿਮਿਟ 'ਚ ਰਹਿੰਦੀ ਹੈ, ਕਿ ਪਤਾ ਰੋਡ 'ਤੇ ਪੁਲਿਸ ਪੈਟਰੋਲਿੰਗ ਕਰਦੀ ਰਹਿੰਦੀ ਆ, ਅਤੇ ਪੇਸ਼ੈਂਟ ਦੀ ਸਰ ਹੁਣ ਕੰਡੀਸ਼ਨ ਠੀਕ ਬੋਲ ਰਿਹਾ, ਹੈਡ 'ਤੇ ਇੰਜਰੀ ਆ ਨੋਰਮਲ ਹੈ ਇਸ ਟਾਈਮ, ਅਤੇ ਮਤਲਬ ਡਾਕਟਰ ਕਹਿੰਦੇ ਕਿ ਹਾਂ ਸਮੇਂ ਸਿਰ ਆ ਗਿਆ। ਹਾਂ ਸਰ ਐਕਸੀਡੈਂਟ ਤੋਂ ਬਾਅਦ ਕੁੱਲ 7 ਤੋਂ 8 ਮਿੰਟ ਦੇ ਅੰਦਰ ਆਪਾਂ ਹੋਸਪਿਟਲ ਲਿਆਂਦਾ। ਇਹ ਐਕਸੀਡੈਂਟ ਭਖਾਰੀ ਵੱਲ ਹੋਇਆ ਸੀ, ਆ ਕਲਾਨੌਰ ਰੋਡ 'ਤੇ ਭਖਾਰੀ ਵੱਲ ਮੇਨ ਚੌਂਕ ਦੇ ਵਿੱਚ ਹੋਇਆ ਸੀ,
ਅਤੇ ਮਤਲਬ ਮੋਟਰਸਾਈਕਲ ਵਾਲਾ ਚੌਂਕ ਸੀ ਸਰ, ਕਿ ਮੁੜ ਲੱਗਾ ਅਤੇ ਉਹ ਉਹਨਾਂ ਦੇਖਿਆ ਨਹੀਂ ਜਾ ਕਦਮ, ਅਤੇ ਮਗਰੋਂ ਗੱਡੀ ਆਉਂਦੀ ਪਈ ਸਪੀਡ 'ਚ, ਇਸ ਕਰਕੇ ਐਕਸੀਡੈਂਟ ਦਾ ਕਾਰਨ।